हाँ जी भी दोस्तों, की हाल चाल ने? उम्मीद है सारे वधिया होणगे ते तुसी वीडियोज़ नूं इंजॉय कर रहे हो, सैकेंड हैंड कारां दियां स्पैशली। तो भंडारी सर उन्होंने पहला तो बहुत बहुत थैंक यू मेरे वालों भी। जी सत श्रीकाल, की हाल चाल है सर? बहुत वधिया सर, ठीक ठाक जी। बहुत इन्हना सर उन्होंने अज तुहाडे वास्ते एक होर नवा स्टॉक लैके आए हैं। अज नवीं गड्डियां सर अपने कोल आईआं मेरे हिसाब नाल। है ना, सत श्रीकाल वीर जी सारिआं नूं जी। जिहड़े भरावां ने मैनूं बहुत लाइक किया, एन आर आई इन्हां ने भी, इत्थे वालिआं ने भी, मैं सारे का बहुत बहुत धन्नवाद करदा। और मेरे भरा जिहड़े कि मैनूं पिछली वारी वीडियो पाई उस विच मैनूं इन्ना ज़्यादा लाइक मिले, मैं बहुत खुश हाँ जी तुहाडे तों। और आस करदा वी गांह वी इदां ही मैनूं तुसीं खुश रखोगे तो मैं तुहानूं इस तों वध खुश करांगा। ਬਲੇ ਤੁਹਾਡੀ ਤੁਹਾਡੇ ਸਿਰ ਦੇ ਉੱਤੇ ਹੀ ਅਸੀਂ ਮਤਲਬ ਵੀਡੀਓਜ਼ ਬਣਾ ਰਹੇ ਹਾਂ, ਤੁਹਾਨੂੰ ਦੇ ਰਹੇ ਹਾਂ, ਕਿਉਂਕਿ ਤੁਸੀਂ ਬਿਲਕੁਲ ਬਿਲਕੁਲ ਸਰ, ਜਿੰਨਾ ਸਾਨੂੰ ਭਰਾ ਸਾਨੂੰ ਯਾਦ ਕਰਨਗੇ ਅਸੀਂ ਉਹਨਾਂ ਨੂੰ ਬੈਸਟ ਤੋਂ ਬੈਸਟ ਚੀਜ਼ ਦੇਵਾਂਗੇ ਜੀ। ਬਾਕੀ ਇਹ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਹੁੰਦੇ ਹੋ ਕਿ ਰੇਟ ਰਿਲੇਟਡ, ਰੇਟ ਸਰ ਦੀ ਵੀ ਡਿਮਾਂਡ ਹੁੰਦੀ ਆ, ਮੇਰੀ ਵੀ ਡਿਮਾਂਡ ਹੁੰਦੀ, ਤੁਹਾਨੂੰ ਘੱਟ ਤੋਂ ਘੱਟ ਪ੍ਰਾਈਸ ਦੇਈਏ, ਪਰ ਅਸੀਂ ਕੁਆਲਿਟੀ ਦਿੰਦੇ ਹਾਂ ਨਾ ਕਿ ਅਸੀਂ। ਸਾਡਾ ਇਹ ਵੀ ਜਦੋਂ ਸਾਡੇ ਕੁਝ ਬ੍ਰਦਰ ਇੱਦਾਂ ਕਹਿੰਦੇ ਵੀ ਰੇਟ ਭਾਈ ਤੁਹਾਡੇ ਜ਼ਿਆਦਾ ਆ, ਪਰ ਲੇਕਿਨ ਚੱਕਰ ਕੀ ਆ ਵੀ ਸਾਡੀ ਕਾਰ ਹੈਗੀ ਘੱਟ ਚੱਲੀ ਔਰ ਜੈਨੂਇਨ ਹੋਊਗੀ ਕਿ ਐਕਸੀਡੈਂਟ ਨਹੀਂ ਹੋਊਗੀ, ਉਹਦੇ ਕਰਕੇ ਸਾਡਾ ਮਾਰਕੀਟ ਨੂੰ 2-4-5 ਰੁਪਏ ਹੋ ਸਕਦਾ ਰੇਟ ਵੱਧ ਹੋਵੇ। ਪਰ ਲੇਕਿਨ ਸਾਡੀ ਕਾਰ ਕੋਈ ਜਿੱਦਾਂ ਦਿੱਲੀ ਨੰਬਰ HR ਨੰਬਰ ਕੱਟਿਆ ਕਰਕੇ ਲੋਕ ਉਹਨਾਂ ਨੂੰ ਮੇਲ ਕਰਦੇ, ਉਹਨਾਂ ਨੂੰ ਸਾਡੀ ਕਾਰਾਂ ਦੇ ਰੇਟ ਨੂੰ ਮੇਲ ਨਹੀਂ ਮੈਚ ਨਹੀਂ ਕਰ ਰਹੇ, ਕਿਉਂਕਿ ਸਾਡੇ ਹੈਗੇ ਲੋਕਲ ਨੰਬਰ, ਲੋਕਲ ਨੰਬਰ ਕਰਕੇ ਸਾਡੀ ਪਰਚੇਜਿੰਗ 10-15 ਹਜ਼ਾਰ ਮਹਿੰਗੀ ਹੈਗੀ। ਇਸ ਕਰਕੇ ਥੋੜ੍ਹਾ ਜਿਹਾ ਰੇਟ ਦਾ ਡਿਫਰੈਂਸ ਹੈ, ਬਾਕੀ ਤੁਹਾਨੂੰ ਗੱਡੀ ਦੀ ਕੁਆਲਿਟੀ ਤੁਸੀਂ ਵੇਖੋਗੇ ਜਦੋਂ ਤੁਹਾਨੂੰ ਖੁਦ ਪਤਾ ਲੱਗੇਗਾ। ਕੁਆਲਿਟੀ ਦੇ ਵਿੱਚ ਸਰ ਤੁਸੀਂ ਕਹਿਣ ਤੋਂ ਬਿਨਾਂ ਹੀ ਤੁਹਾਨੂੰ ਕੁਆਲਿਟੀ ਬਹੁਤ ਬੈਸਟ ਦੇਵਾਂਗੇ, ਕੁਆਲਿਟੀ ਨਹੀਂ ਮਾੜੀ ਹੋਊਗੀ। ਜੇ ਸਾਡੀ ਕੁਆਲਿਟੀ ਮਾੜੀ ਹੋਵੇ ਅਸੀਂ ਜ਼ਿੰਮੇਵਾਰ, ਸਾਨੂੰ ਨਹੀਂ ਕਾਰ ਪਸੰਦ ਹੁੰਦੀ ਸਾਨੂੰ ਬੇਸ਼ੱਕ ਵਾਪਸ ਕਰ ਦਿਓ। ਇਹ ਗੱਲ ਦੀ ਗਰੰਟੀ ਤੁਹਾਨੂੰ ਦਿੰਦੇ ਹਾਂ ਕਿ ਮਤਲਬ ਗੱਡੀ ਦੀ ਤੁਹਾਨੂੰ ਕੁਆਲਿਟੀ ਤੁਹਾਨੂੰ ਪਤਾ ਲੱਗੂਗਾ, ਸੱਚੀ ਜੋ ਰੇਟ ਮੰਗਿਆ ਉਹ ਜਾਇਜ਼ ਆ, ਬਾਕੀ ਉਹ 'ਚ ਕੋਈ ਹੋਊਗਾ ਨਹੀਂ, ਫਰਕ ਨਹੀਂ ਲੱਗੂਗਾ ਤੁਹਾਨੂੰ ਕਿਤੋਂ ਵੀ। ਅਤੇ ਅੱਜ ਅਸੀਂ ਜਿਹੜੀਆਂ ਗੱਡੀਆਂ ਤੁਹਾਡੇ ਵਾਸਤੇ ਸਰ ਕਿਹੜੀਆਂ ਲੈ ਕੇ ਆਏ ਸਾਨੂੰ ਪਹਿਲਾਂ ਇਹਨਾਂ ਨੂੰ ਦੱਸ। ਸਰ ਇਸ ਟਾਈਮ ਆਪਕੋ ਸਵਿਫਟ ਦਾ ਸਟਾਕ ਹੈਗਾ, ਕੋਈ ਸਾਡੇ ਵੀਰ ਕਹਿੰਦੇ ਸਵਿਫਟਾਂ ਸਾਨੂੰ ਜ਼ਿਆਦਾ ਸਵਿਫਟ ਦੇ ਹਿਸਾਬ ਨਾਲ, ਔਰ ਬਰੀਜ਼ਾ ਵੀ ਹੈਗੀਆਂ ਨਵੀਆਂ, ਸਵਿਫਟਾਂ ਵੀ ਨਵੀਆਂ 18-19 ਮਾਡਲ ਕੁਛ ਹੈਗੀਆਂ, ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਸਾਰੀਆਂ ਜੈਜ਼। ਇਹਨਾਂ ਨੇ ਤੇ ਇੱਕ ਗੱਲ ਹੋਰ, ਤੁਸੀਂ ਥਾਰ ਦੀ ਡਿਮਾਂਡ ਕੀਤੀ, ਥਾਰ ਦੀ ਡਿਮਾਂਡ ਕੀਤੀ, ਥਾਰ ਵੀ ਸਪੈਸ਼ਲ ਪਹਿਲੇ ਵਾਲੀ ਥਾਰ ਸਾਡੇ ਲੈ ਕੇ ਵਿਕ ਗਈ ਹੈ, ਅਤੇ ਔਰ ਅਸੀਂ 17 ਮਾਡਲ ਇੱਕ ਥਾਰ ਹੋਰ ਲੈ। ਮਤਲਬ ਤੁਹਾਨੂੰ ਜੇ ਜ਼ਿਆਦਾ ਜੀਪਾਂ ਦੇ ਰਿਲੇਟਡ ਵਿੱਚ ਆਏ ਜਾਣ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਉਹਨਾਂ ਨੂੰ ਕਾਲ ਕਰਕੇ ਦੱਸ ਵੀ ਸਕਦੇ ਹੋ, ਅਤੇ ਤੁਹਾਨੂੰ ਡਿਮਾਂਡ ਜਿਹੜੀ ਤੁਹਾਡੀ ਉਹ ਪੂਰੀ ਕਰਾਂਗੇ ਅਸੀਂ, ਜਿਹਦੇ ਰਿਲੇਟਡ ਤੁਸੀਂ ਸਾਨੂੰ ਕਹੋਗੇ, ਕਿਉਂ ਸਰ? ਬਿਲਕੁਲ ਸਰ। ਇਹ ਜਿਹੜਾ ਕਿ ਹੁਣ ਅੱਜ ਅਸੀਂ ਜਿਹੜਾ ਸਟਾਕ ਲੈ ਕੇ ਆਏ ਤੁਹਾਨੂੰ ਉਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜੀ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਇਹਨਾਂ ਕੰਟੈਕਟ ਨੰਬਰ ਆ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਬੇਝਿਜਕ, ਅਤੇ ਮੈਸੇਜ ਵੀ ਕਰ ਸਕਦੇ ਹੋ, ਤੁਸੀਂ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੁਹਾਨੂੰ ਇੱਦਾਂ ਦੀ ਨਵੀਂ ਨਵੀਆਂ ਗੱਡੀਆਂ ਜਦੋਂ ਅਸੀਂ ਲੈ ਕੇ ਆਉਂਦੇ ਹਾਂ ਸਾਰੇ ਹੁਣੀ ਭੰਡਾਰੀ ਹੋਣੀ, ਅਤੇ ਤੁਹਾਨੂੰ ਉਹ ਵੀ ਇਨਫੋਰਮੇਸ਼ਨ ਅਸੀਂ ਦਿਆ ਕਰਾਂਗੇ। ਅਤੇ ਆ ਜਾਓ ਅੱਜ ਦਾ ਵਲੋਗ ਅਸੀਂ ਸ਼ੁਰੂ ਕਰਦੇ ਹਾਂ। ਨਾ ਹੋਵੇ ਜੀ, ਆਪਾਂ ਸਟਾਰਟ ਕਰਦੇ ਹਾਂ ਥਾਰ ਜੀਪ ਤੋਂ। ਇਹ 17 ਮਾਡਲ ਜੀਪ ਹੈ ਜੀ, ਚੱਲੀ ਸਿਰਫ 20,000, ਇਹ 20,000 ਕਿਲੋਮੀਟਰ ਚੱਲੀ ਹੈ ਜੀ, ਸਾਰੀ ਓਰੀਜਨਲ ਆ, ਕੋਈ ਰੀਪੇਂਟ ਨਹੀਂ, ਨੰਬਰ ਵੀ ਵਧੀਆ ਲੱਗਾ, ਠੀਕ ਹੈ ਜੀ, ਟਾਇਰ ਲਾਏ, ਇਹਦੇ ਐਕਸਟਰਾ ਸਰ ਵਿੰਡੋ ਲੱਗੇ ਆ ਔਰ ਟੱਚ ਪਲੇਅਰ ਲੱਗਾ ਆ। ਇਹ 2017 ਮਾਡਲ ਆ, ਇਹ 8 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ। ਦੋ ਹਜ਼ਾਰ 17 ਮਾਡਲ ਆ, ਸਿਰਫ 20,000 ਕਿਲੋਮੀਟਰ ਕਾਰ ਚੱਲੀ ਆ, ਟੱਚ ਪਲੇਅਰ ਲੱਗਾ, ਵਿੰਡੋ ਲੱਗੀਆਂ ਔਰ ਟਾਇਰ ਲਾਏ ਵਧੀਆ ਜੀ, ਨੰਬਰ ਵੀ ਵਧੀਆ VIP ਆ, 63 ਨੰਬਰ ਲੱਗਾ। ਆਹ ਭਾਈ ਇੱਕ ਐਕਸ ਵੀ ਆਪਾਂ ਲਿਆ, 15 ਮਾਡਲ, WU10 ਵਾਈਟ ਕਲਰ ਦੀ, ਲੋਕਲ ਨੰਬਰ ਹੈ, ਇਹ 60,000 ਕਿਲੋਮੀਟਰ ਓਰੀਜਨਲ ਚੱਲੀ ਹੈ ਜੀ, ਟੋਟਲ ਓਰੀਜਨਲ ਆ, ਕੋਈ ਰੀਪ੍ਰਿੰਟ ਨਹੀਂ ਹੈਗੀ। ਇਹ ਸਾਰਾ ਆਪਾਂ ਦੇ ਦਾਂਗੇ 11 ਲੱਖ ਰੁਪਏ ਦੀ ਕਾਰ ਜੀ। ਇਹ ਸਰ ਸਵਿਫਟ ਹੈਗੀ ਆ 2018 ਮਾਡਲ, 25,000 ਕਿਲੋਮੀਟਰ ਚੱਲੀ ਆ, ਫਸਟ ਪਾਰਟੀ, ਅਗਲੇ ਸਾਲ ਦੇ ਦੂਸਰੇ ਮਹੀਨੇ ਤੱਕ ਫੁੱਲ ਇਨਸ਼ੋਰਡ, ਸਾਰੀ ਓਰੀਜਨਲ, ਕੋਈ ਰੀਪੇਂਟ ਨਹੀਂ, 5 ਟਾਇਰ ਅੱਜ ਤੱਕ ਨਾਲ ਦੇ ਆ, ਸਟੱਪਣੀ ਅਨਯੂਜ਼ ਹੈ ਜੀ। ਇਹ ਸਰ ਆਪਾਂ ਦੇ ਦਾਂਗੇ 6.5 ਲੱਖ ਰੁਪਏ ਦੀ ਕਾਰ। ਇਹ ਸਰ ਡਿਜ਼ਾਇਰ ਹੈਗੀ ਆ 2019 ਮਾਡਲ, ਚੱਲੀ ਹੈਗੀ 8,000 ਕਿਲੋਮੀਟਰ, ਐਕਸਟਰਾ ਲਾਈਟਿੰਗ, ਐਕਸਟਰਾ ਅਲਾਏ, ਐਕਸਟਰਾ ਸੀਟ ਕਵਰ, VDA ਮਾਡਲ। ਇਹ ਦੇ ਦਾਂਗੇ ਜੀ ਆਪਾਂ 7,35,000 ਰੁਪਏ ਦੀ ਕਾਰ 2019।
ਸਰ ਇਹ ਬਰੀਜ਼ਾ ਹੈਗੀ ਆ 2018 ਮਾਡਲ VDA ਪਲੱਸ, ਇਹ ਚੱਲੀ ਹੈਗੀ ਸਿਰਫ 13,000 ਕਿਲੋਮੀਟਰ, ਫਗਵਾੜੇ ਦਾ ਨੰਬਰ ਹੈ, ਫਸਟ ਪਾਰਟੀ, ਇਹਨੂੰ ਐਕਸਟਰਾ ਅਲਾਇਲ ਲੱਗੇ ਆ, ਮੋਡੀਫਾਈ ਕਰਿਆ ਜਿਸ ਤਰ੍ਹਾਂ ਲਾਈਟਿੰਗ ਵਗੈਰਾ, ਸੀਟ ਕਵਰ ਬਹੁਤ ਵਧੀਆ, ਠੀਕ ਹੈ ਜੀ, ਔਰ ਨੀਚੇ ਮਾਈਟਿੰਗ ਵੀ ਵਧੀਆ ਹੋਈ ਆ, ਟੱਚ ਪਲੇਅਰ ਜਿਹੜਾ ZDI ਪਲੱਸ ਨੂੰ ਜਿਹੜਾ ਨਾਲੋਂ ਕੰਪਨੀ ਨਾਲ ਉਹ ਵਾਲਾ ਪਾਰਟੀ ਨੇ ਅੰਦਰੋਂ ਹੀ ਲਗਵਾਇਆ। ਚੱਲੀ ਸਿਰਫ 13,000 ਕਿਲੋਮੀਟਰ। ਇਹ ਸਰ ਦੇ ਦਾਂਗੇ ਆਪਾਂ 8.25 ਲੱਖ ਰੁਪਏ ਦੀ ਕਾਰ, 8,25,000 ਦੀ। ਐਕਸਟਰਾ ਸਰ ਇਹਦੇ 'ਚ ਐਕਸੈਸਰੀ ਕਾਫੀ ਲੱਗੀ ਹੈ, ਜਿਸ ਤਰ੍ਹਾਂ ਛਾਤੇ ਆ, ਔਰ ਪਿੱਛੇ ਦੇਖੋ ਲਾਈਟਿੰਗ ਵਗੈਰਾ, ਕਰੋਮ ਕਿੱਟ ਸਾਰੀ ਐਕਸਟਰਾ ਲੱਗੀ ਹੈ ਜੀ। ਇਹ ਸਰ ਬਰੀਜ਼ਾ ਹੈਗੀ 2019 ਮਾਡਲ, ਇਹ ਚੱਲੀ ਹੈਗੀ 4,000 ਕਿਲੋਮੀਟਰ, ZDA ਪਲੱਸ। ਇਹਦੇ ਵਿੱਚ ਵੀ ਐਕਸਟਰਾ ਮੈਟਿੰਗ, ਸੀਟ ਕਵਰ, 2019 ਚੌਥੇ ਮਹੀਨੇ ਦੀ ਕਾਰ ਹੈ, ਅਪ੍ਰੈਲ ਮਹੀਨੇ ਦੀ, ਚੱਲੀ ਸਿਰਫ 4,000 ਕਿਲੋਮੀਟਰ, ਆਲ ਓਰਿਜਨਲ, ਕੋਈ ਰੀਪੇਂਟ ਨਹੀਂ। ਇਹ ZDA ਪਲੱਸ ਵਾਲਾ ਮਾਡਲ ਹੈ, ਇਹ ਆਪਾਂ ਦੇ ਦਾਂਗੇ 10,00,000 ਰੁਪਏ ਦੀ ਕਾਰ ਜੀ। ਸਰ ਇਹ ਆਪਣੇ ਕੋਲ ਡਿਜ਼ਾਇਰ ਦੀ ਡਿਮਾਂਡ ਆ ਰਹੀ ਸੀ, ਪੈਟਰੋਲ ਦੀ, ਪੈਟਰੋਲ ਡਿਜ਼ਾਇਰ ਹੈਗੀ ਆਪਣੇ ਕੋਲ 11 ਮਾਡਲ, ਪਚਾਸੀ ਹਜ਼ਾਰ ਕਿਲੋਮੀਟਰ ਕਾਰ ਚੱਲੀ ਆ, ਅਲਾਈ ਵੀਲ, ਸੀਟ ਕਵਰ ਵਧੀਆ, ਫੁੱਲ ਇਨਸ਼ੋਰਡ, ਫਸਟ ਪਾਰਟੀ, PV 32 ਨਵੇਂ ਸ਼ਹਿਰ ਦਾ ਨੰਬਰ ਹੈ ਜੀ, VXI ਮਾਡਲ, ਇਹ ਆਪਾਂ ਦੇ ਦਾਂਗੇ 2,85,000 ਰੁਪਏ ਦੀ ਕਾਰ ਜੀ। ਇੱਕ ਸਰ ਆਪਣੇ ਕੋਲ ਇਹ ਹੈਗੀ 2012 ਮਾਡਲ, ਇਹ ਵੀ ਪੈਟਰੋਲ, VXI ਮਾਡਲ, ਚੱਲੀ ਹੈਗੀ ਸਾਰੀ 35,000 ਕਿਲੋਮੀਟਰ, ਫਸਟ ਪਾਰਟੀ ਹੈ, ਸੀਟ ਕਵਰ ਵਧੀਆ ਲੱਗਾ, ਅਜੇ ਤੱਕ ਇਹਦੇ ਨਾਲ ਦੇ ਟਾਇਰ ਹੈ, ਕੋਈ ਟਾਇਰ ਚੇਂਜ ਨਹੀਂ ਹੋਏ, ਔਰ PV 6 ਗੁਰਦਾਸਪੁਰ ਦਾ ਨੰਬਰ ਹੈ। ਇਹ ਸਰ ਆਪਾਂ ਦੇ ਦਾਂਗੇ 3,65,000 ਰੁਪਏ ਦੀ ਕਾਰ। ਇੱਕ ਸਵਿਫਟ ਹੈ ਸਰ ਆਪਣੇ ਕੋਲ 14 ਮਾਡਲ, VDI ਜੈਨੂਨ, 85,000-86,000 ਕਿਲੋਮੀਟਰ ਕਾਰ ਚੱਲੀ ਹੈ ਸਰਵਿਸ ਰਿਕਾਰਡ ਦੇ ਨਾਲ। ਇਹ ਸਰ ਆਪਾਂ ਦੇ ਦਾਂਗੇ 4,30,000 ਰੁਪਏ ਦੀ ਕਾਰ, ਫਸਟ ਪਾਰਟੀ ਕਾਰ ਹੈ, ਫੁੱਲ ਇਨਸ਼ੋਰਡ ਹੈ ਅਗਲੇ ਸਾਲ ਤੱਕ। ਇੱਕ ਸਰ ਸਵਿਫਟ ਹੈਗੀ ਆ 2012 ਮਾਡਲ VDI, ਇਹ ਚੱਲੀ ਹੈਗੀ 90,000 ਕਿਲੋਮੀਟਰ, ਫਸਟ ਪਾਰਟੀ, ਅਲਾਏ ਲੱਗੇ, ਕਰੋਮ ਕਿੱਟ ਵਗੈਰਾ ਸਾਰੀ, ਜੋ ਵੀ ਐਕਸੈਸਰੀ ਹੈ ਸਾਰੀ ਫੁੱਲ ਲੱਗੀ ਹੈ ਜੀ। ਇਹ ਸਰ ਆਪਾਂ ਦੇ ਦਾਂਗੇ 3,65,000 ਰੁਪਏ ਦੀ ਕਾਰ, 2012 VDI। ਇਹ ਡਿਜ਼ਾਇਰ ਹੈਗੀ ਜੀ 2016 ਮਾਡਲ VDI, ਚੱਲੀ ਹੈਗੀ ਸਰ 35,000-36,000 ਕਿਲੋਮੀਟਰ, ਪਹਿਲੇ ਏਜੰਸੀ ਵਾਲੇ ਟਾਇਰ ਹੈ ਜੀ, ਅਜੇ ਅਲਾਏ ਐਕਸਟਰਾ ਲੱਗੇ ਇਹਨੂੰ, ਫੁੱਲ ਇਨਸ਼ੋਰਡ ਹੈ, ਫਸਟ ਪਾਰਟੀ ਹੈ। ਇਹ ਕਾਰ ਆਪਾਂ ਦੇ ਦਾਂਗੇ 6,00,000 ਰੁਪਏ ਜੀ, ਸਾਰੀ ਓਰੀਜਨਲ ਆ। ਸਰ ਇੱਕ ਕੇਟਨ ਹੈਗੀ ਆਪਣੇ ਕੋਲ 11 ਮਾਡਲ, VXI, 35,000-36,000 ਕਿਲੋਮੀਟਰ ਕਾਰ ਚੱਲੀ ਹੈ, ਸਿਰਫ ਓਨਲੀ ਬੰਪਰ ਟਚਿੰਗ, ਬੋਡੀ ਲਾਈਨ ਸਾਰੀ ਓਰੀਜਨਲ, VXI ਮਾਡਲ 2011, 35,000-36,000 ਕਿਲੋਮੀਟਰ ਕਾਰ ਚੱਲੀ ਹੈ। ਇਹ ਆਪਾਂ ਕਾਰ ਦੇ ਦਾਂਗੇ ਜੀ 2,20,000 ਰੁਪਏ ਦੀ।
ਔਰ ਇੱਕ 2013 ਮਾਡਲ ਕੇਟਨ ਹੈ VXI ਮਾਡਲ ਸਿਲਵਰ ਕਲਰ ਫਸਟ ਓਨਰ ਟਾਇਰ ਨਵੇਂ ਚੱਲੀ 65,000 ਕਿਲੋਮੀਟਰ VXI ਮਾਡਲ ਹੈ ਇਹ ਆਪਾਂ ਕਾਰ ਦੇ ਦਾਂਗੇ ਜੀ 2,55,000 ਰੁਪਏ ਦੀ ਜੈਨੂਨ ਨੰਬਰ ਆ ਕੋਈ ਕੱਟ ਕੇ ਨੰਬਰ ਨਹੀਂ ਲੱਗਾ ਇਹ ਸਰ ਹੋਂਡਾ ਬਰੀਓ ਆ 2014 ਪੈਟਰੋਲ ਲੋਕਲ ਹੁਸ਼ਿਆਰਪੁਰ ਦਾ ਨੰਬਰ ਸੈਕਿੰਡ ਪਾਰਟੀ ਦੇ ਨਾਂ 'ਤੇ ਫੁੱਲ ਇਨਸ਼ੋਰਡ ਹੈ ਟੋਪ ਵਾਲਾ ਮਾਡਲ ਵੀ ਮਾਡਲ ਇਹ ਸਰ ਆਪਾਂ ਦੇ ਦਾਂਗੇ 3,35,000 ਰੁਪਏ ਦੀ ਕਾਰ ਸਰ ਇੱਕ ਆਪਣੇ ਕੋਲ ਆਟੋ ਦੇ ਵਿੱਚ ਕੁਇਡ ਹੈ 17 ਮਾਡਲ ਚੱਲੀ ਸਿਰਫ 11,000 ਕਿਲੋਮੀਟਰ ਫਸਟ ਪਾਰਟੀ ਸਾਰੀ ਆਲ ਓਰੀਜਨਲ ਕੋਈ ਵੀ ਰੀਪ੍ਰਿੰਟ ਨਹੀਂ ਹੈ ਇਸਦਾ ਇਹ ਵੀ ਸਰ ਟੋਪ ਵਾਲਾ ਮਾਡਲ ਹੈ ਆਟੋਮੈਟਿਕ ਦੇ ਵਿੱਚ ਇਹ ਦੇ ਦਾਂਗੇ ਆਪਾਂ 3,500,000 ਰੁਪਏ ਦੀ ਕਾਰ ਦੀ 2010 ਮਾਡਲ ਕੇਟਨ ਜੀ ਚੱਲੀ ਸਿਰਫ 20-25,000 ਕਿਲੋਮੀਟਰ ਕਾਰ ਚੱਲੀ ਹੈ ਸਾਰੀ ਨਵੀਂ ਕਾਰ ਹੈ ਇਹ ਸਰ ਦੇ ਦਾਂਗੇ ਆਪਾਂ 2,15,000 ਰੁਪਏ ਦੀ ਕਾਰ ਜੀ ਇਹਦੇ ਵੀ ਪਹਿਲੇ ਏਜੰਸੀ ਵਾਲੇ ਟਾਇਰ ਆਏ ਤਾਂ ਕੋਈ ਟਾਇਰ ਨਹੀਂ ਚੇਂਜ ਹੋਏ ਜੀ ਦੇਖੋ ਕਿੰਨਾ ਸਟਾਕ ਲੈ ਕੇ ਆਉਂਦਾ ਅਤੇ ਬਹੁਤ ਵਧੀਆ ਗੱਡੀਆਂ ਨੇ ਅਤੇ ਤੁਸੀਂ ਮਤਲਬ ਲੈ ਸਕਦੇ ਹੋ ਜਿਹੜੀ ਤੁਹਾਡੀ ਸਵਿਫਟਾਂ ਦੀ ਡਿਮਾਂਡ ਸੀਗੀ ਅੱਜ ਪੂਰੀ ਕੀਤੀ ਗਈ ਆ ਅਤੇ ਸਵਿਫਟਾਂ ਬਹੁਤ ਜ਼ਿਆਦਾ ਸਟਾਕ 'ਚ ਖੜੀਆਂ ਨਵੀਆਂ ਵੀ ਖੜੀਆਂ ਨਵੇਂ ਮਾਡਲ ਵਾਲੀਆਂ ਵੀ ਅਤੇ ਉਹ ਵੀ ਤੁਸੀਂ ਦੇਖੀਆਂ ਅਤੇ ਦੱਸਿਓ ਕਿਵੇਂ ਦੇ ਲੱਗੇ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗਦੀ ਆ ਅਤੇ ਤੁਹਾਡੀ ਡਿਮਾਂਡ ਪੂਰੀ ਹੋ ਰਹੀ ਹੈ ਕਿ ਨਹੀਂ ਹੋ ਹਾਂਜੀ ਵੀ ਦੋਸਤੋ ਇਹ ਤੁਸੀਂ ਦੇਖਿਆ ਇਹਨਾਂ ਕੋਲ ਸਟਾਕ ਜਿਹੜਾ ਕਿ ਅੱਜ ਤੁਹਾਡੀ ਡਿਮਾਂਡ ਦੇ ਸਪੈਸ਼ਲ ਸਵਿਫਟਾਂ ਜ਼ਿਆਦਾ ਸਰ ਨੇ ਲਈਆਂ ਸੀਗੀਆਂ ਅਤੇ ਬਰੀਜ਼ਾ ਵੀ ਨਵੀਆਂ ਖੜੀਆਂ ਨੇ ਥਾਰ ਇੱਕ ਹੋਰ ਆ ਗਈ ਤੁਸੀਂ ਜਿੱਦਾਂ ਕਿ ਤੁਹਾਡੀ ਡਿਮਾਂਡ ਰਹੂਗੀ ਅਤੇ ਤੁਸੀਂ ਇੱਦਾਂ ਸਟਾਕ ਸਾਰ ਉਹਨਾਂ ਕੋਲ ਵੱਧਦਾ ਰਹੂਗਾ ਅਤੇ ਸਾਰ ਉਹਨਾਂ ਤੁਹਾਡੇ ਵਾਸਤੇ ਨਵੇਂ ਨਵੇਂ ਗੱਡੀਆਂ ਲੈ ਕੇ ਆਉਂਦੇ ਰਹਿਣਗੇ ਸਰ ਹਰ ਹਫ਼ਤੇ ਦੇ ਹਫ਼ਤੇ ਜੋ ਵੀ ਸਾਡੇ ਕੋਲ ਸਟਾਕ ਆਏਗਾ ਭਾਈ ਹੋਣੀ ਸਾਡੀ ਬਹੁਤ ਮਦਦ ਕਰ ਰਹੇ ਔਰ ਇਹਨਾਂ ਨੂੰ ਵੀ ਤੁਸੀਂ ਬਹੁਤ ਲਾਈਕ ਕਰਦੇ ਸਾਨੂੰ ਬਹੁਤ ਸਾਡੀ ਖੁਸ਼ਕਿਸਮਤੀ ਆ ਵੀ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਜੁੜੇ ਹਾਂ ਔਰ ਤੁਸੀਂ ਇਹਨਾਂ ਨੂੰ ਵੀ ਵੱਧ ਤੋਂ ਵੱਧ ਪਿਆਰ ਕਰਦੇ ਸਾਡੇ ਨਾਲ ਜੀ ਤੁਹਾਨੂੰ ਇਹ ਤੋਂ ਵੱਧ ਵੀ ਸਟਾਕ ਹੋਰ ਵੀ ਦੇਵਾਂਗੇ ਅਗਲੇ ਹਫ਼ਤੇ ਜੀ ਮਤਲਬ ਇਹ ਤੁਹਾਡੀ ਡਿਮਾਂਡ ਜਿਹੜੀ ਹੈ ਇਹ ਪੂਰੀ ਕਰਨਗੇ ਅਤੇ ਬਾਕੀ ਜਿਹੜੀ ਆ ਮੈਂ ਤੁਹਾਡੀ ਡਿਮਾਂਡ ਜਿਹੜੀ ਵੀਡੀਓ ਦੇ ਰਿਲੇਟਡ ਦੇ ਹੀ ਰਿਹਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਅਤੇ ਬੈਲ ਬਟਨ ਵੀ ਪ੍ਰੈਸ ਕਰਿਆ ਕਰੋ ਕਿ ਤੁਸੀਂ ਵੀਡੀਓ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ ਅਸੀਂ ਟਰਾਈ ਕਰਾਂਗੇ ਕਿ ਹਫ਼ਤੇ ਦੀ ਇੱਕ ਵੀਡੀਓ ਅਤੇ ਪੱਕੀ ਜਾਂ ਦੋ ਵੀ ਅਸੀਂ ਹਾਂ ਦੋ ਵੀ ਹੋਈਆਂ ਦੋ ਵੀ ਹਫ਼ਤੇ ਦੀਆਂ ਅਤੇ ਇੱਕ ਤੋਂ ਇੱਕ ਪੱਕੀ ਤਾਂ ਆਊਗੀ ਆਊਗੀ ਅਤੇ ਬਾਕੀ ਕੋਈ ਵੀ ਤੁਹਾਨੂੰ ਲੋੜ ਹੁੰਦੀ ਹੈ ਤੁਸੀਂ ਇਹਨੂੰ ਬੇਝਿਜਕ ਕਾਲ ਕਰ ਸਕਦੇ ਹੋ ਆ ਇਹਨਾਂ ਦੇ ਕੰਟੈਕਟ ਨੰਬਰ ਨੇ ਤੁਸੀਂ ਇੱਥੇ ਇਹਨਾਂ ਨੂੰ ਫੋਨ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਅਤੇ ਇਹ GT ਰੋਡ ਦੇ ਉੱਤੇ ਹੀ ਹੈ ਬਿਲਕੁਲ ਤੁਹਾਨੂੰ ਆਉਣ ਦੀ ਵੀ ਕੋਈ ਪ੍ਰੋਬਲਮ ਜ਼ਿਆਦਾ ਨਹੀਂ ਹੋਊ ਇਹਨਾਂ ਕੋਲ ਅਤੇ ਸੰਡੇ ਵੀ ਓਪਨ ਹੁੰਦੇ ਆ ਤੁਸੀਂ ਕਿਸੇ ਵੀ ਦਿਨ ਇਹਨਾਂ ਕੋਲ ਆ ਸਕਦੇ ਹੋ ਬਾਕੀਆਂ ਵਾਂਗੂ ਨਹੀਂ ਹੈਗਾ ਕਿ ਸੰਡੇ ਬੰਦ ਹੁੰਦੇ ਆ ਜਾਂ ਕੁਛ ਹੁੰਦਾ ਇਹ ਸੰਡੇ ਵੀ ਫ੍ਰੀ ਅਵੇਲੇਬਲ ਬਿਲਕੁਲ ਬਿਲਕੁਲ ਜੀ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਾਂ ਇੱਥੇ ਹੀ ਹਾਂ ਜੀ ਛੁੱਟੀ ਕੋਈ ਨਹੀਂ ਠੀਕ ਹੈ ਅਤੇ ਬਾਕੀ ਅਸੀਂ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਦੇ ਹੁੰਦੇ ਅੱਜ ਫਿਰ ਤੁਹਾਨੂੰ ਰਿਪੀਟ ਕਰ ਦਿੰਦੇ ਹਾਂ ਗੱਲ ਕਿ ਤੁਸੀਂ ਕੋਈ ਵੀ ਗੱਡੀ ਤੁਹਾਨੂੰ ਥੋੜ੍ਹੀ ਚੱਲੀ ਵੀ ਚਾਹੀਦੀ ਉਹ ਵੀ ਸਰ ਹੁਣੀ ਪ੍ਰੋਵਾਈਡ ਕਰਦੇ ਜ਼ਰੂਰ ਮਿਲੇਗੀ ਜੀ ਮਿਲੇਗੀ ਮਿਲੇਗੀ ਬਾਕੀ ਜੀਪਾਂ ਦੇ ਰਿਲੇਟਡ ਤੁਹਾਨੂੰ ਜੀਪਾਂ ਹੋਰ ਜ਼ਿਆਦਾ ਚਾਹੀਦੀ ਕਿਉਂਕਿ ਜੀਪਾਂ ਹੀ ਸਰ ਨੇ ਮੈਨੂੰ ਅੱਗੇ ਦੱਸਿਆ ਜਿਹੜੀ ਪਹਿਲੀ ਜੀਪ ਸੀਗੀ ਉਹਦੀ ਡਿਮਾਂਡ ਬਹੁਤ ਜ਼ਿਆਦਾ ਸੀ ਅਤੇ ਬੜੀ ਛੇਤੀ ਉਹ ਸੇਲ ਹੋ ਗਈ ਅਤੇ ਬਾਕੀ ਬੰਦੇ ਥੋੜ੍ਹੇ ਨਾਰਾਜ਼ ਹੁੰਦੇ ਸੀ ਵੀ ਤੁਸੀਂ ਗੱਡੀ ਛੇਤੀ ਸੇਲ ਕਰਤੀ ਸਾਨੂੰ ਦੱਸਿਆ ਨਹੀਂ ਪਰ ਸਰ ਨੇ ਇੱਕ ਬਹੁਤ ਵੀਰ ਮੇਰੇ ਜਿਹੜੇ ਇੱਥੋਂ ਮੁੜ ਕੇ ਗਏ ਜੀ ਅਤੇ ਕੋਈ ਗੱਲ ਨਹੀਂ ਤੁਹਾਨੂੰ ਮਤਲਬ ਅਸੀਂ ਮੁੜਨ ਨਹੀਂ ਦੇਵਾਂਗੇ ਗਾਹ ਤੋਂ ਵੀ ਸਾਡੀ ਤੁਸੀਂ ਜਿੱਦਾਂ ਇੰਨਾ ਪਿਆਰ ਸਰ ਨੂੰ ਦੇ ਰਹੇ ਹੋ ਅਤੇ ਮੈਨੂੰ ਵੀ ਤੁਸੀਂ ਦੇ ਰਹੇ ਹੋ ਅਤੇ ਅਸੀਂ ਤੁਹਾਡੇ ਵਾਸਤੇ ਸਟਾਕ ਹੋਰ ਜ਼ਿਆਦਾ ਵਧਾਵਾਂਗੇ ਅਤੇ ਬਾਕੀ ਰੇਟ ਦੇ ਰਿਲੇਟਡ ਜਿਹੜੀ ਗੱਲ ਮੈਂ ਸਟਾਰਟਿੰਗ ਵੀ ਦੱਸੀ ਹੈ ਸਰ ਨੇ ਵੀ ਕਿਹਾ ਕਿ ਤੁਹਾਡੇ ਕਮੈਂਟ ਹੁੰਦੇ ਆ ਕਿ ਰੇਟ ਬਹੁਤ ਜ਼ਿਆਦਾ ਆ ਬਾਈ ਲੋਕਲ ਨੰਬਰ ਗੱਡੀਆਂ ਜਿਹੜੀਆਂ ਨੇ ਉਹ ਰੇਟ ਥੋੜ੍ਹੇ ਜਿਹਾ ਜ਼ਿਆਦਾ ਹੋਣੇ ਹੀ ਹੋਣੇ ਨੇ ਕਿਉਂਕਿ ਲੋਕੀ ਕੀ ਕਰਦੇ ਆ ਵੀ ਦਿੱਲੀਓਂ ਗੱਡੀ ਲਿਆਉਂਦੇ ਆ ਅਤੇ ਉਹਦਾ ਨੰਬਰ ਚੇਂਜ ਕਰਦੇ ਆ ਅਤੇ ਸਸਤੀ ਵੇਚ ਲੈਂਦੇ ਆ ਅਤੇ ਨਾਲ ਇਹੋ ਜਿਹੀ ਕੋਈ ਗਰੰਟੀ ਜਾਂ ਕੁਛ ਉਹਦਾ ਪਤਾ ਵੀ ਹੁੰਦਾ ਪਰ ਇਹ ਸਾਡੀ ਕਾਰ ਦੀ ਸਰ ਗਰੰਟੀ ਹੋਊਗੀ ਮੀਟਰ ਦੀ ਐਕਸੀਡੈਂਟ ਦੀ ਇਸ ਚੀਜ਼ ਦੀ ਗਰੰਟੀ ਹੋਏਗੀ ਕੋਈ ਇਹ ਨਹੀਂ ਦਿੱਕਤ ਆਊਗੀ ਤੁਹਾਨੂੰ ਕੋਈ ਕੱਟਿਆ ਨੰਬਰ ਆ ਜਾਂ ਕਿਸ ਤਰ੍ਹਾਂ ਅਗਲਾ ਕਹਿੰਦਾ ਚੋਰੀ ਦੀ ਆ ਜੀ ਕੋਈ ਵੀ ਕਾਰ 'ਚ ਨੁਕਸ ਵੀ ਨਿਕਲਦਾ ਮੇਰੀ ਕਾਰ ਵਾਪਸ ਕਰ ਇਸ ਕਰਕੇ ਇਸ ਚੀਜ਼ ਦੀ ਗਰੰਟੀ ਮੈਂ ਵੀ ਭਰਦਾ ਤਾਂ ਕਰਕੇ ਅਸੀਂ ਇਹ ਚੀਜ਼ ਦਾ ਵਲੌਗ ਕਰ ਰਹੇ ਹਾਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਅਸੀਂ ਦਿੰਦੇ ਹਾਂ ਵੀ ਰੇਟ ਦਾ ਜ਼ਰੂਰ ਥੋੜ੍ਹੀ 2-4 ਹਜ਼ਾਰ ਦਾ ਫਰਕ ਹੋ ਸਕਦਾ ਪਰ ਤੁਹਾਨੂੰ ਉਹਦੀ ਕਸਰ ਜਿਹੜੀ ਹੈ ਗੱਡੀ ਵੇਖ ਕੇ ਕੰਡੀਸ਼ਨ ਤੋਂ ਨਿਕਲ ਜਾਂਦੀ ਹੈ ਬਿਲਕੁਲ ਮਤਲਬ ਕੋਈ ਫਰਕ ਨਹੀਂ ਪੈਂਦਾ ਚੀਜ਼ ਚੰਗੀ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਅਤੇ ਕੋਈ ਵੱਡੀ ਗੱਲ ਨਹੀਂ 2-4 ਹਜ਼ਾਰ ਰੁਪਏ ਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਸਰ ਥੈਂਕ ਯੂ ਸੋ ਮਚ ਜੀ
ਅਤੇ ਬਾਕੀ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਅਸੀਂ ਹੋਰ ਲੈ ਕੇ ਆਵਾਂਗੇ ਹੁਣ, ਅਤੇ ਬਾਕੀ ਤੁਸੀਂ ਇਹਨੂੰ ਬੇਝਿਜਕ ਫੋਨ ਕਰ ਲਿਓ, ਅਤੇ ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ, ਇਹਨਾਂ ਲੋਕੇਸ਼ਨ ਜਿਹੜੀ ਮੈਂ ਪਾਊਂਗਾ ਇਹਦੇ 'ਤੇ ਬਾਇਓ ਦੇ ਵਿੱਚ ਪਾ ਦੂੰਗਾ, ਅਤੇ ਬਾਕੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਦਿਆ ਅੰਡਰਸਕੋਰ ਕਰਨ ਦੇ ਨਾਮ ਦੇ ਉੱਤੇ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਬਟਨ ਪ੍ਰੈਸ ਕਰਿਓ ਕਿ ਤੁਹਾਨੂੰ ਵੀਡੀਓ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ। ਮਿਲਦੇ ਹਾਂ ਹੁਣ ਨਵਾਂ ਸਟਾਕ ਲੈ ਕੇ, ਬਾਏ।